ਉਹ ਧਮਾਨ ਚੈਨਲ ਤੋਂ ਅਮਰਜੀਤ ਜੀ ਧਮਾਨ ਸਾਹਿਬ ਪਹੁੰਚਿਆ ਇਹਨਾਂ ਨੂੰ ਜੀਆਂ ਜਾਗਦਾ ਜੀ ਵੈਲਕਮ ਆਉਂਦੇ ਹੋ। ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਪਿੰਡ ਕਾਕਰੋਂ ਦੇ ਵਿੱਚ ਖੜ੍ਹੇ ਹਾਂ ਅੱਜ, ਜਿੱਥੇ ਕਿ ਸਾਉਣ ਦਾ ਮਹੀਨਾ ਆਪਾਂ ਨੂੰ ਪਤਾ ਵੀ ਚੱਲ ਰਿਹਾ ਹੈ। ਸਾਉਣ ਦੇ ਮਹੀਨੇ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ। ਸੋ ਤੀਆਂ ਮਨਾਉਣ ਦਾ ਰਿਵਾਜ਼ ਅੱਜ ਕੱਲ੍ਹ ਬਹੁਤ ਚੱਲ ਪਿਆ। ਇਹ ਆਪਣਾ ਇੱਕ ਪੁਰਾਤਨ ਵਿਰਸਾ ਜਿਸ ਦੇ ਬਾਰੇ ਅੱਜ ਕੱਲ੍ਹ ਦੀ ਨਵੀਂ ਜਨਰੇਸ਼ਨ ਹੈ, ਬੱਚੇ ਨੇ, ਉਹਨਾਂ ਨੂੰ ਨਹੀਂ ਪਤਾ। ਸੋ ਇਹ ਭਾਵੇਂ ਅੱਜ ਕੱਲ੍ਹ ਉਸ ਤਰ੍ਹਾਂ ਦੀਆਂ ਤੀਆਂ ਨਹੀਂ ਹੈਗੀਆਂ, ਪਰ ਫਿਰ ਵੀ ਚਲੋ ਬੱਚਿਆਂ ਨੂੰ ਕੁਝ ਨਾ ਕੁਝ ਪਤਾ ਲੱਗਦਾ ਹੈ ਕਿ ਤੀਆਂ ਹੁੰਦੀਆਂ ਕੀ ਨੇ। ਅਤੇ ਪਿੰਡ ਕਾਕਰੋਂ ਦੇ ਵਿੱਚ ਅੱਜ ਇਹ ਤੀਆਂ ਮਨਾਈਆਂ ਜਾ ਰਹੀਆਂ ਨੇ। ਇਸ ਪਿੰਡ ਦੀਆਂ ਬੀਬੀਆਂ ਭੈਣਾਂ ਦੇ ਵੱਲੋਂ ਪਹਿਲੀ ਵਾਰ ਅੱਜ ਪਿੰਡ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ। ਤੁਹਾਨੂੰ ਇਸ ਤੀਆਂ ਦੀ ਝਲਕੀਆਂ ਦਿਖਾਉਂਦੇ ਹਾਂ ਤੀਆਂ ਦੀਆਂ, ਅਤੇ ਗੱਲਬਾਤ ਵੀ ਕਰਦੇ ਹਾਂ। ਅਤੇ ਆਓ ਫਿਰ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਇਹ ਧਮਾਨ ਚੈਨਲ ਦੇ ਨਾਲ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਰੇ ਇੱਥੇ ਆਏ। ਤੀਆਂ ਜ਼ੋਰ ਲੱਗੀਆਂ, ਮੇਰੇ ਪੇਕਿਆਂ ਦੇ ਪਿੰਡ ਦੀਆਂ ਜ਼ੋਰ ਲੱਗੀਆਂ, ਮੇਰੇ ਪੇਕਿਆਂ ਦੇ ਪਿੰਡ ਦੀਆਂ ਜ਼ੋਰ ਲੱਗੀਆਂ, ਮੇਰੇ ਪੇਕਿਆਂ ਦੇ ਪਿੰਡ ਦੀਆਂ ਜ਼ੋਰ ਲੱਗੀਆਂ। ਸੌਣ ਮਹੀਨੇ ਦਿੰਦੀਆਂ ਦੇ ਸੋਨੇ ਪੀਂਗਾ ਪਾਈਆਂ ਲੰਬੜਦਾਨੀਆਂ, ਸੱਚੇ ਦੇ ਵਿੱਚ ਆਈਆਂ ਲੰਬੜਦਾਨੀਆਂ, ਸੱਚੇ ਕਿਤੇ ਵਿੱਚ ਆਈਆਂ ਲੰਬੜਦਾਨੀਆਂ, ਸੱਚੇ ਕਿਤੇ ਵਿੱਚ ਆਈਆਂ ਲੰਬੜਦਾਨੀਆਂ। ਕਰਕੇ 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 ਕਰਕ
ਕੀ ਨਾਮ ਹੈ ਤੁਹਾਡਾ? ਹਰਸਿਮਰਨ ਕੌਰ। ਕਿਹੜਾ ਪਿੰਡ ਹੈ? ਕਾਕਰੋਂ ਜੀ। ਕਾਕਰੋਂ। ਸੋ ਅੱਜ ਕਾਕਰੋਂ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ, ਤੁਹਾਨੂੰ ਇਹ ਪਤਾ ਹੋਣਾ ਵੀ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ? ਹਾਂਜੀ ਹਾਂਜੀ ਜੀ, ਜਿਵੇਂ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਫੋਨਸ ਨਹੀਂ ਤੇ ਹੁੰਦੇ ਸਾਰੇ, ਜਿਵੇਂ ਟੈਕਨੋਲੋਜੀ ਨਹੀਂ ਸੀ ਹੁੰਦੀ, ਜਿਹੜੀਆਂ ਕੁੜੀਆਂ ਏ ਉਹ ਆਪਣੇ ਸਹੁਰੇ ਘਰੋਂ ਪੇਕੇ ਘਰ ਆਉਂਦੀਆਂ ਸੀਗੀਆਂ ਸਾਉਣ ਦੇ ਮਹੀਨੇ 'ਚ, ਅਤੇ ਜਿਵੇਂ ਹੁਣ ਇਕੱਠੀਆਂ ਹੋ ਕੇ ਉਹ ਤ੍ਰਿੰਝਣਾਂ 'ਚ ਬਹਿੰਦੀਆਂ ਸੀਗੀਆਂ, ਤਾਂ ਉੱਥੋਂ ਜਿਹੜਾ ਹੈਗਾ ਇਹ ਚੱਲਦਾ ਹੈ ਕਿ ਹਾਂ ਆਪਾਂ ਇਕੱਠੀਆਂ ਹੋ ਕੇ ਗਾਣੇ ਗਾਉਂਦੀਆਂ ਏ, ਆਪਣਾ ਮਨ ਪ੍ਰਭਾਵ ਜਿਹੜਾ ਹੈਗਾ ਏ ਉਹ ਦੱਸਦੀਆਂ ਏ ਵੀ ਹਾਂ ਅਸੀਂ ਖੁਸ਼ ਹਾਂ, ਆਪਣੇ ਪੇਕੇ ਘਰ ਆ ਕੇ ਆਪਣੇ ਮਨ ਦੇ ਭਾਵ ਦੱਸਦੀਆਂ ਏ, ਫਿਰ ਉਹ ਸਾਰੀਆਂ ਇਕੱਠੀਆਂ ਹੋ ਕੇ ਰਲ ਮਿਲ ਕੇ ਫਿਰ ਉਹ ਜਿਵੇਂ ਚਰਖਾ ਕੱਤਦੇ ਹੁੰਦੇ ਸੀਗੇ, ਪਹਿਲਾਂ ਚਰਖਾ ਕੱਤਦੇ ਸੀਗੇ, ਗਰਮੀ ਵੀ ਹੁੰਦੀ ਸੀਗੀ ਤਾਂ ਪੱਖੀਆਂ ਦੀ ਵੀ ਵਰਤੋਂ ਕੀਤੀ ਜਾਂਦੀ ਸੀਗੀ, ਉਹ ਸਾਰਾ ਕੁਛ ਇੱਦਾਂ ਸੀਗਾ ਕਿ ਹਾਂ ਪੁਰਾਣੇ ਸਮੇਂ ਤੋਂ ਲੈ ਕੇ ਫਿਰ ਇਹ ਹੁਣ ਤੱਕ ਜਿਹੜਾ ਹੈਗਾ ਪਿੰਗਾਂ ਵੀ ਪਾਈਆਂ ਜਾਂਦੀਆਂ ਸੀਗੀਆਂ, ਆਪਣੇ ਮਨੋਰੰਜਨ ਦੇ ਸਾਰੇ ਜਿਹੜੇ ਹੈਗੇ ਕੰਮ ਕੀਤੇ ਜਾਂਦੇ ਸੀਗੇ, ਤਾਂ ਹੁਣ ਉਹ ਉਦੋਂ ਤੋਂ ਚੱਲਦੀਆਂ ਆ ਰਹੀਆਂ ਕਿ ਆਪਾਂ ਸਾਉਣ ਦੇ ਵਿੱਚ ਤੀਆਂ ਮਨਾਉਂਦੇ ਹਾਂ। ਸੋ ਜਿਹੜੀਆਂ ਉਹ ਪੁਰਾਣੇ ਸਮੇਂ ਦੇ ਵਿੱਚ ਤਾਂ ਅਸਲ ਤੀਆਂ ਹੁੰਦੀਆਂ ਸੀਗੀਆਂ, ਅਤੇ ਹੁਣ ਇਹ ਮਤਲਬ ਕਿ ਇੱਕ ਡੁਪਲੀਕੇਟ ਲਾ ਲਓ ਜਾਂ ਇੱਕ ਮਨੋਰੰਜਨ ਲਾ ਲਓ ਉਹ ਨੇ, ਪਰ ਫਿਰ ਵੀ ਇਹ ਬੱਚਿਆਂ ਦੇ ਲਈ ਬਹੁਤ ਵਧੀਆ, ਜੋ ਉਹਨਾਂ ਨੂੰ ਅੱਗੇ ਨਵੀਂ ਜਨਰੇਸ਼ਨ ਨੂੰ ਨਹੀਂ, ਕਿਉਂਕਿ ਹੁਣ ਇਹਨਾਂ ਨੂੰ ਨਹੀਂ ਪਤਾ ਏ ਸੀ ਆ ਗਏ, ਕੂਲਰ ਆ ਗਏ, ਕਿਸੇ ਨੂੰ ਪੱਖੀਆਂ ਦਾ ਪਤਾ ਹੀ ਨਹੀਂ ਆ ਬੱਚਿਆਂ ਨੂੰ, ਹੈ ਨਾ, ਅਤੇ ਜਿਵੇਂ ਪੀਂਗਾਂ ਹੁਣ ਆਰਟੀਫਿਸ਼ਲ ਝੂਲੇ ਆ ਗਏ, ਪੀਂਗਾਂ ਦਾ ਨਹੀਂ ਕਿਸੇ ਨੂੰ ਪਤਾ ਕਿ ਆਪਾਂ ਨੇ ਪਾਈਆਂ ਵੀ ਪੇੜਾਂ 'ਤੇ ਪਾ ਕੇ ਜਿਵੇਂ ਪਹਿਲਾਂ ਪਰਚਾਵਾ ਕਰਦੇ ਸੀਗੇ ਮਨ ਪਰਚਾਵਾ, ਹੁਣ ਇਹ ਬੱਚੇ ਆਪਣੇ ਆਪਣੇ ਘਰਾਂ 'ਤੇ ਫੋਨਾਂ 'ਤੇ ਬਹਿੰਦੇ ਰਹਿੰਦੇ ਆ, ਅਤੇ ਕੋਈ ਐਸਾ ਅਤਾ ਪਤਾ ਨਹੀਂ ਹੁੰਦਾ ਪਿੰਡ ਦਾ ਵੀ ਹਾਂ ਹੋਰ ਹੈਗੇ, ਤਾਂ ਹੁਣ ਆਪਾਂ ਸਾਰੇ ਇਕੱਠੇ ਹੋਏ ਹਾਂ, ਹੁਣ ਸਭ ਦਾ ਪਤਾ ਲੱਗਦਾ ਕਿ ਇਹ ਇੱਦਾਂ ਹੈ ਇੱਦਾਂ ਹੈ, ਫਿਰ ਮਤਲਬ ਕਿ ਵਧੀਆ ਮੌਕਾ ਹੈ ਕਿ ਸਾਰਿਆਂ ਨੂੰ ਜਾਣਨੇ ਦਾ, ਸਾਰਿਆਂ ਨੂੰ ਨਾਲ ਮਿਲ ਜੁਲ ਕੇ ਰਹਿਣ ਦਾ, ਕਿ ਏਕਤਾ ਵੀ ਬਣੀ ਰਹਿੰਦੀ ਹੈ ਜੀ, ਤਾਂ ਹਾਂਜੀ ਹੈਪੀ ਤੀਆਂ ਧੰਨਵਾਦ ਧੰਨਵਾਦ ਜੀ ਅਕਵਿੰਦਰ ਕੌਰ ਜੀ। ਸੋ ਤੀਆਂ ਮਨਾ ਰਹੇ ਹੋ ਅੱਜ ਤੁਸੀਂ ਨੱਚ ਟੱਪ ਕੇ, ਅਤੇ ਜਿਹੜਾ ਚਰਖਾ ਕਦੇ ਦੇਖਿਆ ਤੁਸੀਂ? ਨਹੀਂ ਦੇਖਿਆ ਹੈਗਾ, ਲੇਕਿਨ ਨਹੀਂ ਚਲਾਇਆ ਨਹੀਂ। ਕਦੇ ਦਾਦੀ ਨੂੰ, ਨਾਨੀ ਨੂੰ, ਚਾਚੀ ਨੂੰ ਕੱਤਦੇ ਹੋਏ ਦੇਖਿਆ? ਉਹ ਵੀ ਨਹੀਂ ਦੇਖਿਆ, ਉਹ ਵੀ ਨਹੀਂ ਦੇਖਿਆ। ਚਰਖੇ ਬਾਰੇ ਕੁਝ ਨਹੀਂ ਪਤਾ ਤੁਹਾਨੂੰ? ਨਹੀਂ ਪਤਾ, ਜਣੀ ਦਾ ਪਹਿਲਾਂ ਚਲਾਉਂਦੇ ਹੁੰਦੇ ਸੀ, ਅਸੀਂ ਨਹੀਂ ਦੇਖਿਆ ਹੈਗੇ ਚਲਾਉਂਦੇ। ਅੱਛਾ ਜੀ, ਤੁਹਾਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਤੱਕਲਾ ਕੀ ਹੁੰਦਾ? ਨਹੀਂ, ਮੈਂ ਤਾਂ ਸਮਾਂਟੀ ਨੂੰ ਪੁੱਛਦੀ ਸੀ, ਮੈਂ ਕਿਹਾ ਤੱਕਲਾ ਵੀ ਕਹਿੰਦੇ ਲਗਾਉਣਾ ਹੈ ਵੀ, ਉਹ ਵੀ ਸਾਨੂੰ ਲਿਆ ਕੇ ਦਿਓ, ਅਸੀਂ ਕਿਹਾ ਵੀ ਅਸੀਂ ਵੀ ਮਨਾਉਣੀ, ਅਸੀਂ ਆਪਣੇ ਬੱਚਿਆਂ ਨੂੰ ਦੱਸਣਾ ਵੀ ਹਾਂ ਚਰਖਾ ਵੀ ਕੁਛ ਹੁੰਦਾ ਸੀ, ਜਿਵੇਂ ਮਧਾਣੀਆਂ ਹੱਥ ਵਾਲੀਆਂ ਸੀਗੀਆਂ ਪਹਿਲਾਂ, ਹੁਣ ਤਾਂ ਚਲੋ ਮਸ਼ੀਨੀ ਦੂਸਰੀਆਂ ਆ ਗਈਆਂ। ਇਹ ਲੱਗਦਾ ਨਹੀਂ ਵੀ ਆਪਣੀ ਜਿਹੜੀ ਵਿਰਾਸਤ ਆ, ਆਪਣਾ ਵਿਰਸਾ ਉਹ ਵਿਛੜਦਾ ਜਾ ਰਿਹਾ? ਬਹੁਤ ਵਿਛੜ ਗਿਆ, ਬਹੁਤ ਕੁਛ ਨਹੀਂ ਰਿਹਾ ਹੁਣ ਤਾਂ, ਹੁਣ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੈ ਕੁਛ ਵੀ, ਵੀ ਹੁਣ ਅਸੀਂ ਪਹਿਲਾਂ ਸਾਨੂੰ ਖੁਦ ਨੂੰ ਹੀ ਨਹੀਂ ਪਤਾ ਹੈ, ਹਾਂਜੀ, ਪਰ ਹੁਣ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ, ਸਾਰਾ ਕੁਛ ਲਿਆਵਾਂਗੇ ਆਪਣੇ ਘਰੇ, ਵੀ ਚਰਖਾ ਵਗੈਰਾ ਸਾਰਾ ਰੱਖਾਂਗੇ, ਇਹਦੀ ਨੌਲੇਜ ਰੱਖਣੀ ਚਾਹੀਦੀ ਹੈ ਨਾ, ਹਾਂਜੀ ਰੱਖਾਂਗੇ ਹੁਣ ਅਸੀਂ, ਪਹਿਲਾਂ ਸੰਦੂਕ ਵਗੈਰਾ ਨੂੰ ਸਾਨੂੰ ਕੁਛ ਨਹੀਂ ਹੈ, ਬੱਚਿਆਂ ਨੂੰ ਪਤਾ ਹੀ ਨਹੀਂ ਹੈ, ਸਾਡੇ ਬੱਚੇ ਕੱਲ੍ਹ ਬਹੁਤ ਖੁਸ਼ ਹੋਏ ਵੀ ਸਾਡੇ ਘਰੇ ਚਰਖਾ ਆ ਗਿਆ, ਹਾਂਜੀ ਧੰਨਵਾਦ ਜੀ। ਬੇਟਾ ਅਨਮੋਲਪ੍ਰੀਤ ਕੌਰ। ਸੋ ਤੀਆਂ ਮਨਾਈਆਂ ਜਾ ਰਹੀਆਂ, ਤੁਹਾਨੂੰ ਪਤਾ ਤੀਆਂ ਬਾਰੇ ਕੁਛ? ਹਾਂਜੀ, ਜਿਵੇਂ ਤੀਆਂ ਅੱਜ ਕੱਲ੍ਹ ਬੱਚੇ ਫੋਨ ਚਲਾਏ ਜਾਂਦੇ ਆ, ਆਪਣੇ ਬੱਚਿਆਂ ਨੂੰ ਕੁਛ ਨਹੀਂ ਪਤਾ ਹੁੰਦਾ ਕਿ ਚਰਖਾ ਕੀ ਹੈ, ਗੜਬੜੇ ਕੀ ਮਨਾਏ ਜਾਂਦੇ, ਇਹੋ ਜਿਹਾ ਕੁਛ ਨਹੀਂ ਪਤਾ ਬੱਚਿਆਂ ਨੂੰ ਕਿ ਉਹਨਾਂ ਨੂੰ ਕੁਛ ਮਨਾਉਣਾ ਚਾਹੀਦਾ ਕਿ ਤੀਆਂ ਬਹੁਤ ਅੱਛੀਆਂ ਅਤੇ ਚੰਗੀਆਂ ਗੱਲਾਂ ਹੁੰਦੀਆਂ ਉਹਨਾਂ ਵਿੱਚ। ਅਤੇ ਤੀਆਂ ਦੇ ਵਿੱਚ ਕੀ ਕਰਿਆ ਜਾਂਦਾ? ਤੀਆਂ ਵਿੱਚ ਚਰਖੇ ਚਲਾਏ ਜਾਂਦੇ ਨੇ, ਅਤੇ ਬੋਲੀਆਂ ਪਾਈਆਂ ਜਾਂਦੀਆਂ ਨੇ, ਅਤੇ ਨੱਚਿਆ ਜਾਂਦਾ, ਔਰ ਗੜਬਿਆਂ ਨੂੰ ਲੈ ਕੇ ਫੋਟੋਆਂ ਖਿਚਾਈਆਂ ਜਾਂਦੀਆਂ ਨੇ। ਠੀਕ ਹੈ, ਸੋ ਨਵੇਂ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ, ਤੁਹਾਡਾ ਕਹਿਣ ਦਾ ਮਤਲਬ ਇਹ ਆ? ਹਾਂਜੀ, ਨਵੇਂ ਬੱਚਿਆਂ ਨੂੰ, ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਪੁਰਾਣੇ ਜ਼ਮਾਨੇ ਨੂੰ ਕਦੇ ਭੁੱਲਿਆ ਨਹੀਂ ਜਾਂਦਾ। ਧੰਨਵਾਦ, ਵੈਲਕਮ।
ਅੱਜ ਪਿੰਡ ਕਾਕਰੋਂ ਦੇ ਵਿੱਚ ਤੀਆਂ ਮਨਾਈਆਂ ਜਾ ਰਹੀਆਂ ਨੇ। ਸੋ ਤੀਆਂ ਬਾਰੇ ਤੁਸੀਂ ਕਦੇ ਚਰਖੇ ਕੱਤੇ ਹੋਣੇ ਆ? ਹਾਂਜੀ 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 ਕੱਤੇ ਆ ਜੀ, ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਹਾਂਜੀ ਹਾਂਜੀ ਫਿਰ ਤੁਹਾਨੂੰ ਤੱਕਲੇ ਮਾਲ ਸਾਰਾ ਪਤਾ ਹੋਣਾ? ਹਾਂਜੀ ਤੱਕੜਾ ਮਾਲ, ਫਿਰ ਉਹ ਆਪਣਾ ਪੂਣੀਆਂ ਵੱਟ ਕੇ ਫਿਰ ਅਸੀਂ ਆਪਣਾ ਸੂਤ ਕੱਤਦੇ ਆ। ਹਾਂਜੀ ਫਿਰ ਨੀਚੜਾ ਕੱਤਦੇ, ਨੀਚੜਾ ਕੱਟ ਕੇ ਫਿਰ ਅਸੀਂ ਅੱਟੀ ਬਣਾਉਂਦੇ ਆ, ਅੱਟੀ ਬਣਾ ਕੇ ਫਿਰ ਅਸੀਂ ਤਰੀਆਂ ਵੀ ਬੁਣਦੇ ਆ, ਅਸੀਂ ਖੇਸ ਵੀ ਬੁਣਦੇ ਆ। ਅਸੀਂ ਸਾਰਾ ਫਿਰ ਸੂਤ ਨੂੰ ਰੰਗਦੇ, ਰੰਗ ਕੇ ਫਿਰ ਅਸੀਂ ਆਪਣਾ ਦਰੀਆਂ ਬਣਾਉਂਦੇ, ਚਾਦਰਾਂ ਬਣਾਉਂਦੇ, ਸਭ ਕੁਛ ਕਰਦੇ। ਸਾਡਾ ਪਹਿਲਾ ਪੇਸ਼ਾ ਇਹ, ਆਦੀ ਪੇਸ਼ਾ ਇਹ। ਸੋ ਹੱਥ ਨਾਲ ਚੱਕੀਆਂ ਵੀ? ਹਾਂਜੀ ਹਾਂਜੀ ਹਾਂਜੀ, ਚੱਕੀਆਂ ਵੀ ਵੇਲਦੇ ਤੇ ਆਟਾ ਵੀ ਨੇ, ਦਾਲਾਂ ਵੀ ਨੇ ਤੇ ਫਿਰ ਉਖੜੀ ਹੁੰਦੀ ਜੀ, ਉਖੜੀ ਵਿੱਚ ਅਸੀਂ ਚੌਲ ਵੀ ਕੁੱਟਦੇ ਤੇ ਦਾਲਾਂ ਵੀ ਕੁੱਟਦੇ ਤੇ ਫਿਰ ਸਾਰਾ ਮਤਲਬ ਪਹਿਲਾ ਸਾਡਾ ਜਿਹੜਾ ਆਦੀ ਉਹ ਹੈ ਸਾਡਾ ਚੱਕੀ ਉਖੜੀ ਤੇ ਚਰਖਾ ਕੱਟਣਾ, ਮਧਾਣੀ ਸਾਡੀ ਹੱਥ ਨਾਲ ਮਤਲਬ ਅਸੀਂ ਮੱਖਣ ਕੱਢਦੇ ਤੇ। ਹਾਂਜੀ ਦੁੱਧ ਕਾਨੇ ਰਿੜਕਦੇ ਤੇ ਫਿਰ ਮਧਾਣੀ ਵਿੱਚ ਫਿਰ ਅਸੀਂ ਮੱਖਣ ਕੱਢਦੇ ਤੇ ਲੱਸੀ ਬਣਾਉਂਦੇ ਤੇ। ਇਹ ਸਾਰਾ ਮਤਲਬ ਪਹਿਲਾ ਆਦੀ ਵੀ ਸਭ। ਨਾਲੇ ਵੀ ਬੁਣੇ ਹੋਣੇ ਆ? ਹਾਂਜੀ ਨਾਲੇ ਵੀ ਬੁਣੇ ਆ, ਮਤਲਬ ਦਰੀਆਂ ਵੀ ਬੁਣੀਆਂ, ਸਾਰਾ ਕੁਛ ਕਰਿਆ ਅਸੀਂ। ਹਾਂਜੀ ਹਾਂਜੀ ਸਾਰਾ ਮਤਲਬ ਉਹ ਕਰਕੇ ਹੁੰਦਾ ਇਲੈਕਟ੍ਰੋਨਿਕ ਯੁੱਗ ਆ ਗਿਆ, ਯੁੱਗ ਆ ਗਿਆ। ਹਾਂਜੀ ਹਾਂਜੀ ਹੁਣ ਸਭ ਕੁਛ ਬਦਲ ਗਿਆ। ਕਿਵੇਂ ਲੱਗਦਾ ਵੀ ਜਿਹੜਾ ਅੱਜ ਕੱਲ ਦੇ ਬੱਚੇ ਆ ਇਹਨਾਂ ਨੂੰ ਪਤਾ ਨੀ, ਇਹ ਭੁੱਲਦੇ ਜਾ ਰਹੇ? ਇਹਨਾਂ ਨੂੰ ਕੁਛ ਨੀ ਪਤਾ, ਇਹਨਾਂ ਚਰਖੇ ਬਾਰੇ ਨੀ ਪਤਾ। ਮੇਰੀ ਪੋਤੀ ਉਹ ਕਹਿੰਦੀ ਚਰਖਾ ਕਿਆ ਹੁੰਦਾ ਸਾਨੂੰ ਦਿਖਾ ਦਿਓ, ਮਧਾਣੀ ਕਿਆ ਹੁੰਦੀ ਸਾਨੂੰ ਦੱਸੋ, ਵੀ ਮਧਾਣੀ ਨਾਲ ਕਿਸ ਤਰ੍ਹਾਂ ਦੁੱਧ ਰਿੜਕਦੇ ਆ, ਕਿਸ ਤਰ੍ਹਾਂ ਮੱਖਣ ਕੱਢਦੇ ਆ। ਫਿਰ ਇੱਥੇ ਮਧਾਣੀ ਕਿਸੇ ਤੋਂ ਮਿਲੀ ਨੀ, ਚਲੋ ਚਰਖਾ ਤਾਂ ਮਿਲ ਗਿਆ, ਪੱਖੀਆਂ ਇਹ ਨਾਲੇ ਬੁਣਦੇ, ਇਹਨਾਂ ਨੂੰ ਕੁਛ ਨੀ ਪਤਾ। ਕਾਸੀ ਦਾ ਨੀ ਪਤਾ ਹੈਗਾ ਇਹਨਾਂ ਨੂੰ, ਇਲੈਕਟ੍ਰੋਨਿਕ ਸਮਾਨ ਦਾ ਪਤਾ ਬਸ ਵੀ ਅਸੀਂ ਕਿਸ ਤਰ੍ਹਾਂ ਮਤਲਬ ਪਿਛੜਾ ਮਤਲਬ ਸਭ ਕੁਛ ਭੁੱਲ ਰਹੇ ਆ ਬੱਚੇ, ਪਰ ਸਾਨੂੰ ਯਾਦ ਕਰਾਉਣਾ ਚਾਹੀਦਾ, ਯਾਦ ਕਰਾਉਣਾ ਚਾਹੀਦਾ, ਤਾਂ ਹੀ ਹੁਣ ਅੱਗੇ ਅੱਗੇ ਜ਼ਮਾਨਾ ਫਿਰ ਪਿਛਲੇ ਹੀ ਆਉਣ ਲੱਗ ਗਿਆ, ਆਉਣ ਵਾਲੇ ਟਾਈਮ ਦੇ ਆਉਣ ਵਾਲੇ ਟਾਈਮ ਵਿੱਚ ਆਉਣ ਲੱਗ ਗਿਆ। ਹਾਂਜੀ ਚਾਹੀਦਾ ਵੀ ਉਹੀ ਆ, ਪਿਛਲਾ ਜਿਹੜਾ ਯੁੱਗ ਦਾ ਸਾਡਾ ਆਦਿ ਯੁੱਗ ਦਾ ਉਹ ਸਾਡਾ ਬਹੁਤ ਵਧੀਆ ਤਾ, ਹੁਣ ਇੰਨਾ ਵਧੀਆ ਨਹੀਂ ਆ, ਹੁਣ ਪਿਆਰ ਨਹੀਂ ਰਿਹਾ ਹੈਗਾ ਕਿਸੇ ਵਿੱਚ ਵੀ। ਪਿਆਰ ਪਿਆਰ ਵਾਸਤੇ ਅਸੀਂ ਸਾਰਾ ਇਕੱਠ ਕਰਿਆ ਜੀ, ਸਾਡਾ ਪਿਆਰ ਹੋਵੇ ਸਾਰੀਆਂ ਬਹੁਤ। ਜ਼ਮਾਨੇ ਦੇ ਵਿੱਚ ਇਹੀ ਹੁੰਦਾ ਸੀ, ਉਹ ਪਿਆਰ ਰੱਖਿਆ ਜਾਂਦਾ ਸੀ ਇਕੱਠੇ, ਇਸ ਤਰ੍ਹਾਂ ਦਾ ਮਤਲਬ ਆਪਾਂ ਸੌਣ ਵਿੱਚ ਪੀਂਘਾਂ ਝੂਟਦੇ ਤੇ ਸਾਰੀਆਂ ਇਕੱਠੀਆਂ ਹੁੰਦੀਆਂ ਤੀਆਂ, ਗੀਤ ਗਾਉਂਦੇ ਤੇ ਪਿਆਰ ਵੱਧਦਾ ਤਾ, ਹੈਨਾ। ਹੁਣ ਫਿਰ ਤਾਂ ਹੀ ਅਸੀਂ ਇਹ ਮਤਲਬ ਸਾਡੀਆਂ ਬਹੂਆਂ ਦਾ, ਸਾਡੇ ਬੱਚਿਆਂ ਦਾ, ਕੁੜੀਆਂ ਦਾ, ਸਾਡੀਆਂ ਨੇ ਇਕੱਠੇ ਹੋ ਕੇ ਉਪਰਾਲਾ ਕਰਿਆ ਵੀ ਸਾਡਾ ਪਿਆਰ ਹੋਵੇ, ਸਾਰੀਆਂ ਬਹੂਆਂ ਇਕੱਠੀਆਂ ਹੋਵੇ, ਸਾਨੂੰ ਪਤਾ ਲੱਗੇ, ਹੈਨਾ। ਪਿਛਲੇ ਹਫ਼ਤਾ ਆਪਣਾ ਸੱਭਿਆਚਾਰ ਕੇ ਤਾਂ ਸਾਨੂੰ ਪਤਾ ਲੱਗਣਾ ਚਾਹੀਦਾ, ਹੈਨਾ। ਫਿਰ ਤਾਂ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਵੀ ਇਹ ਚਰਖੇ ਕਿਆ ਚੀਜ਼ ਹੁੰਦੀ ਸੀ, ਮਧਾਣੀ ਕਿਆ ਚੀਜ਼ ਹੁੰਦੀ ਸੀ, ਹੈਨਾ। ਫਿਰ ਆਹ ਝੱਕਰੇ ਕਿਆ ਚੀਜ਼ ਹੁੰਦੀ, ਚਾਟੀ ਕਿਆ ਚੀਜ਼ ਹੁੰਦੀ ਸੀ, ਅਸੀਂ ਜਾ ਕੇ ਕਿਵੇਂ ਲਾਉਂਦੇ, ਕਿਵੇਂ ਚਾਟੀਆਂ 'ਚ ਦੁੱਧ ਪੇ, ਹੈਨਾ। ਕੁਛ ਨਹੀਂ ਸਾਨੂੰ ਪਤਾ ਹੈਗਾ, ਕੁਛ ਨਹੀਂ ਪਤਾ। ਹੁਣ ਸਾਨੂੰ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ, ਸਾਰਾ ਪਤਾ ਦੇਣਾ ਚਾਹੀਦਾ ਵੀ ਹਾਂ ਅੱਗੇ ਪਿੱਛਾ ਕੀ ਤਾ ਤੇ ਹੁਣ ਕੀ ਦੇਖੋ। ਚੱਲ ਹਰੇਕ ਮਾਂ ਬਾਪ ਦੀ ਜ਼ਿੰਮੇਵਾਰੀ ਬਣਦੀ ਹੈ। ਹਾਂਜੀ ਹਾਂਜੀ ਹਾਂਜੀ, ਅਸੀਂ ਕਹਿੰਦੇ ਵੀ ਇੱਧਰ ਵੀ ਜੁੜੋ, ਸਿੱਖੀ ਕੰਨੀ ਵੀ ਜੁੜੋ, ਸੱਭਿਆਚਾਰਕ ਵਿੱਚ ਵੀ ਜੁੜੋ, ਚਲ ਹੈਨਾ, ਆਪਸ ਵਿੱਚ ਪਿਆਰ ਬਣਾ ਕੇ ਰੱਖੋ, ਹੈਨਾ। ਲੜਾਈ ਝਗੜੇ ਵਿੱਚ ਕੁਛ ਨਹੀਂ ਹੁੰਦਾ, ਹੈਨਾ। ਅਸੀਂ ਸਾਰੇ ਪਿੰਡ ਵਾਸੀ ਇਹ ਚਾਹੁੰਦੇ ਹਾਂ ਵੀ ਵਾਹਿਗੁਰੂ ਸਾਡੀ ਸਾਰੀ ਬਹੂਆਂ ਵਿੱਚ ਹੋ ਗਿਆ ਨਾ, ਸਾਰੀਆਂ ਨੂੰ ਸਾਰੀਆਂ ਨੂੰ ਏਕਤਾ ਹੀ ਬਖਸ਼ੇ ਮਹਾਰਾਜ, ਉਹੀ ਰੱਖਿਆ ਨਾ। ਹਾਂਜੀ ਹਾਂਜੀ ਹਾਂ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਬੀਬੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੀਆਂ ਮਨਾ ਰਹੇ ਆ ਤੁਸੀਂ, ਸੋ ਤੁਸੀਂ ਤਾਂ ਆਪਣੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਰਾ ਕੁਛ ਦੇਖਿਆ ਹੋਣਾ, ਚਰਖੇ ਵੀ ਕੱਤੇ ਹੋਣੇ, ਦਰੀਆਂ ਵੀ ਬੁਣੀਆਂ ਹੋਣੀਆਂ। ਹਾਂਜੀ, ਸਭ ਕੁਛ ਕਰਿਆ ਹੈਗਾ। ਹਾਂਜੀ, ਦੋ ਇੱਕ ਝੋਟਾ ਪੀਂਘ ਲੰਬੀ ਪਾਉਂਦੇ ਤੇ, ਹਾਂਜੀ ਇੱਕ ਦੋ ਜਣਿਆਂ ਦੀ ਪਾਉਂਦੇ ਤੇ। ਅੱਛਾ ਜੀ, ਦੋ ਜਣਿਆਂ ਪਰ ਦੋ ਬੈਠ ਕੇ, ਇੱਕ ਉੱਧਰ ਉੱਧਰ ਬੈਠ ਗਏ। ਜਿੰਨੇ ਦਿਨ ਤੀਆਂ ਰਹਿੰਦੀਆਂ ਤੀਆਂ ਉਦੇ ਦਿਨ ਝੋਟਾ ਵੀ ਪੈਂਦਾ ਤਾਂ, ਗਿੱਧਾ ਵੀ ਪੈਂਦਾ ਤਾਂ, ਸਭ ਕੁਛ ਹੁੰਦਾ ਤਾਂ। ਅੱਛਾ ਜੀ, ਚਰਖੇ ਲੈ ਕੇ ਸਾਰੀਆਂ ਤ੍ਰਿੰਜਣਾਂ ਵਿੱਚ ਬੈਠਦੀਆਂ ਮਿਲਦੀਆਂ। ਹਾਂਜੀ, ਸੰਧਾਰਿਆਂ ਦਾ ਤਾਂ ਵੀ ਹਾਂ, ਚਲੋ ਸੰਧਾਰੇ ਆ ਗਏ ਵਿੱਚ ਪਾ ਕੇ ਟੋਕਰੀਆਂ ਵਿੱਚ ਲੈ ਕੇ ਆ ਜਾਣਾ, ਉੱਥੇ ਵੀ ਸਾਰਿਆਂ ਨੂੰ ਵੰਡ ਦੋ ਵੀ ਅੱਜ ਸੰਧਾਰਾ ਆ ਗਿਆ। ਹੁਣ ਬੱਚਿਆਂ ਨੂੰ ਤਾਂ ਆਏਗਾ ਵੀ ਮਾਮੇ ਨੇ ਆਉਣਾ ਸੰਧਾਰਾ ਲੈ ਕੇ ਆਉਣਾ, ਬੱਚਿਆਂ ਨੂੰ ਐਂ ਨੀ ਪਤਾ ਵੀ ਤੀਆਂ ਹੈ ਕਿਆ ਚੀਜ਼ ਹੈ, ਲੱਡੂ ਬਰਫੀਆਂ ਆਉਂਦੀਆਂ। ਪਹਿਲਾਂ ਬਿਸਕੁਟ ਆਉਂਦੇ, ਪਹਿਲਾਂ ਬਿਸਕੁਟੇ ਤੇ ਕੱਲੇ, ਬਿਸਕੁਟ ਵੀ ਬਹੁਤ ਹੁੰਦੇ ਤੇ, ਜਦੋਂ ਜੱਗ ਉੱਥੇ ਆਪਣਾ ਤ੍ਰਿੰਜਣਾ ਵਿੱਚ ਬੈਠਣਾ, ਸਭ ਨੂੰ ਵੰਡ ਦੇਣਾ। ਸੋ ਜਾਣੀ ਜਿਹੜੇ ਪੁਰਾਣੇ ਜ਼ਮਾਨੇ ਆ ਉਹ ਬਹੁਤ ਘਟ ਗਏ। ਹਾਂਜੀ, ਮੈਨੂੰ ਲੱਗਦਾ ਤੁਹਾਨੂੰ ਵੀ ਹੁਣ ਅੱਗੇ, ਹੁਣ ਤਾਂ ਅੱਗੇ ਵਾਲਾ ਰਿਵਾਜ ਨਹੀਂ ਨਾ ਰਿਹਾ। ਹਾਂਜੀ, ਹੁਣ ਤਾਂ ਇਹ ਬੱਚਿਆਂ ਨੇ, ਚਲੋ ਫਿਰ ਵੀ ਅੱਜ ਪੁਰਾਣਾ ਬਹੁਤ ਚੰਗਾ ਪਤਾ। ਹਾਂਜੀ, ਵਧੀਆ ਕਰਿਆ ਹੈਗਾ, ਐਸੀ ਗੱਲ ਨਹੀਂ ਹੈ। ਇਹ ਜਿਹੜੀ ਨਾਲ ਮਤਲਬ ਕਿ ਘੱਟੋ ਘੱਟ ਬੱਚਿਆਂ ਨੂੰ ਇਹ ਤਾਂ ਪਤਾ ਲੱਗੂਗਾ ਵੀ ਕੋਈ ਤੀਆਂ ਕੁਛ ਹੈਗੀਆਂ। ਹਾਂਜੀ ਹਾਂਜੀ, ਹੁਣ ਅੱਜ ਪਤਾ, ਨਹੀਂ ਤਾਂ ਸਾਡੇ ਪਿੰਡ ਵਿੱਚ ਕੁਛ ਨਹੀਂ ਹੁੰਦਾ ਤਾਂ। ਹਾਂਜੀ, ਹੁਣ ਜਿਹੜੀ ਨਵਾਂ ਪੋਚ ਬਹੂਆਂ ਆਈਆਂ ਉਹਨਾਂ ਨੇ ਚੱਕਣ ਚੱਕ ਲਿਆ, ਚਲੋ ਪਿੰਡ ਸਾਰਾ ਗਹਿ ਲੱਗ ਗਿਆ। ਠੀਕ ਹੈ ਜੀ, ਅਸੀਂ ਇਹੀ ਬਹੁਤ ਸ਼ੁਕਰ ਕਰਦੇ ਵਾਹਿਗੁਰੂ ਦਾ ਵੀ ਵਾਹਿਗੁਰੂ ਸਾਡੇ ਪਿੰਡ ਵਿੱਚ ਏਕਤਾ ਹੀ ਰੱਖੀ, ਏਕਤਾ ਰੱਖੀ, ਸਭ ਪਰ ਪਿਆਰ ਭਰਿਆ, ਮਿਹਰ ਭਰਿਆ ਹੱਥ ਰੱਖਿਆ। ਬਹੁਤ ਬਹੁਤ ਧੰਨਵਾਦ।